ਬਸੀ ਪਠਾਣਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਆਪਸੀ ਰੰਜਿਸ਼ ਨੂੰ ਲੈ ਕੇ ਨਿੰਮਵਾਲਾ ਚੌਂਕ 'ਚ ਸਥਿਤ ਹੇਅਰ ਡਰੈਸਰ ਵਿਖੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਅਤੇ ਡਾਂਗਾਂ ਦੇ ਨਾਲ ਸ਼ਰਨਜੀਤ ਸਿੰਘ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਗੰਭੀਰ ਜ਼ਖਮੀ ਹਾਲਾਤ ਦੇ ਵਿੱਚ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉੱਥੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਸੀ ਪਠਾਣਾ ਦੇ ਬਾਜ਼ਾਰ ਦੇ ਵਿੱਚ ਇੱਕ ਨੌਜਵਾਨ 'ਤੇ ਹਮਲੇ ਦੀ ਵੀਡੀਓ ਵਾਇਰਲ ਹੋਈ ਸੀ। ਉੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਵੀ ਉਸੇ ਰੰਜਿਸ਼ ਦਾ ਹੀ ਨਤੀਜਾ ਹੈ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਜ਼ਖਮੀ ਨੌਜਵਾਨ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਮੱਦੀ ਹੇਅਰ ਡਰੈਸਰ 'ਤੇ ਵਾਲ ਕਟਵਾ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਕੁਝ ਨੌਜਵਾਨ ਹਮਲਾਵਰਾਂ ਵੱਲੋਂ ਉਸ 'ਤੇ ਹਥਿਆਰਾਂ ਅਤੇ ਡਾਂਗਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਸ਼ਰਨਜੀਤ ਸਿੰਘ ਨੇ ਦੱਸਿਆ ਕਿ ਹਮਲੇ ਦੇ ਵਿੱਚ ਉਸਦੇ ਸਿਰ, ਬਾਂਹ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਨੇ। ਉਸਨੇ ਦੱਸਿਆ ਕਿ ਆਸ ਪਾਸ ਦੇ ਲੋਕ ਅਤੇ ਉਸਦੇ ਪਿਤਾ ਕੁਲਦੀਪ ਸਿੰਘ ਤੁਰੰਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਉਸਨੂੰ ਇਲਾਜ ਲਈ ਬਸੀ ਪਠਾਣਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਉਹਨਾਂ ਨੇ ਮੰਗ ਕੀਤੀ ਕਿ ਹਮਲਾਵਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਸ਼ਰਨਜੀਤ ਸਿੰਘ ਹੈ ਅਤੇ ਸ਼ਰਨਜੀਤ ਜੀ, ਕੀ ਘਟਨਾ ਵਾਪਰੀ ਹੈ, ਤੁਹਾਨੂੰ ਇੱਥੇ ਹੋਸਪਿਟਲ ਆਉਣਾ ਪਿਆ? ਮੈਂ ਜੀ ਬੈਠਾ ਵਾਲ ਕਟਾ ਰਿਹਾ ਸੀ, 6-7 ਜਣੇ ਆਏ ਜੀ ਦੁਕਾਨ ਦੇ ਵਿੱਚ, ਵਿੰਡੇ ਮੁੰਡੇ ਮਾਰੇ ਮੇਰੇ ਜੀ, ਬਾਹਾਂ ਬੂਹਾਂ ਸਿਰ ਦੇ ਵਿੱਚ ਸੱਟਾਂ ਮਾਰੀਆਂ, 6-7 ਜਣੇ ਪੈ ਗਏ ਮੈਨੂੰ। ਉਹ ਕੌਣ ਸੀਗੇ? ਬਸੀ ਦੇ ਨਹੀਂ, ਸਭ ਨੂੰ ਪਹਿਚਾਣਦਾ ਜੀ ਮੈਂ। ਅੱਛਾ। ਹਾਂ ਜੀ, ਰੁਮਾਲ ਬੰਨੇ ਹੋਏ ਸੀ ਮੂੰਹ 'ਤੇ ਸਾਰੇ। ਤੁਹਾਡੇ 'ਤੇ ਜਾਨਲੇਵਾ ਜਿਹੜਾ ਹਮਲਾ ਉਹ ਕੀਤਾ ਕਿਉਂ ਆ? ਬਸ ਜੀ ਪਤਾ ਨਹੀਂ ਕੀ ਉਹਨਾਂ ਨਾਲ ਦੁਸ਼ਮਣੀ, ਪਹਿਲਾਂ ਮੇਰੇ ਭਰਾ ਦੀ ਬਾਂਹ ਤੋੜਦੀ ਸੀ ਉਹਨਾਂ ਨੇ, ਹੁਣ ਮੇਰੇ ਨਾਲ ਐਂ ਕੀਤਾ ਜੀ ਇਹਨਾਂ ਨੇ। ਅੱਛਾ। ਬਹੁਤ ਨਜਾਇਜ਼ ਚੱਲਦੇ ਨੇ ਜੀ। ਉਹ ਕਿੰਨੇ ਜਣੇ ਸੀਗੇ? ਉਹ 8 ਜਣੇ ਸੀਗੇ। ਅਤੇ ਕੀ ਉਹਨਾਂ ਕੋਲ ਸੀਗੇ? ਉਹਨਾਂ ਕੋਲ ਲੋਹੇ ਦੀਆਂ ਰਾੜਾਂ ਸੀਗੀਆਂ, ਕਿਰਪਾਨ ਸੀਗੀ, ਵਿੰਡੇ ਸੀਗੇ। ਹਾਂ ਜੀ। ਅਤੇ ਜਦੋਂ ਹਮਲਾ ਕੀਤਾ ਉਹ ਦੁਕਾਨ ਦੇ ਅੰਦਰ ਨਹੀਂ ਤੁਸੀਂ? ਦੁਕਾਨ ਦੇ ਅੰਦਰ ਕੁਰਸੀ 'ਤੇ ਬੈਠਾ ਸੀ ਵਾਲ ਕਟਾਉਣ ਵਾਲੀ। ਧਮਕੀ ਧੁਮਕੀ ਵੀ ਦਿੱਤੀ? ਧਮਕੀ ਵੀ ਦੇ ਕੇ ਗਏ ਆ ਜੀ ਮੈਨੂੰ, ਉਹ ਵੀ ਤੂੰ ਐਂ ਕਰਦਾ, ਤੈਨੂੰ ਹੁਣ ਛੱਡਤਾ, ਅਗਲੀ ਵਾਰ ਤੈਨੂੰ ਮਾਰੇ ਦੇਣਾ, ਜੇ ਕਰ ਦੇਣਾ, ਉਹ ਕਰ ਦੇਣਾ, ਬਹੁਤ ਕੁਛ, ਸਾਰਾ ਬਾਜ਼ਾਰ ਗਵਾ ਜੀ ਉੱਥੇ ਦੁਕਾਨਾਂ ਵਾਲੇ। ਅੱਛਾ। ਅਤੇ ਕਿਹੜੇ ਪਿੰਡ ਦੇ ਨੇ ਅਤੇ ਕੌਣ ਕੌਣ ਨੇ ਉਹ? ਉਹ ਜੀ ਇੱਕ ਤਾਂ ਜੋਧਪੁਰ ਦਾ ਜੀ, ਠੀਕ ਹੈ ਜੀ, ਅਤੇ ਬਾਕੀ ਬਸੀ ਦੇ ਨੇ। ਹਾਂ ਜੀ। ਕੀ ਮੰਗ ਕਰਦੇ ਹੋ? ਮੰਗ ਇਹੀ ਹੈ ਜੀ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਵੇ ਜੀ। ਠੀਕ ਹੈ। ਮਾਤਾ ਜੀ, ਕੀ ਮਾਮਲਾ ਹੋਇਆ ਜਿਹੜਾ ਆ ਤੁਹਾਡਾ ਬੇਟੇ ਨੂੰ ਜਿਹੜਾ ਇੱਥੇ ਹੋਸਪਿਟਲ ਲਾਉਣਾ ਪਿਆ? ਮਾਮਲਾ ਇਹ ਹੋਇਆ, ਪਹਿਲਾਂ ਮੇਰਾ ਇਹਨਾਂ ਨੇ ਬੜਾ ਮੁੰਡਾ ਕੁੱਟਿਆ, ਜਦੋਂ ਨਹੀਂ ਕੋਈ ਇਹਨੇ ਪੁਲਿਸ ਨਾ ਕਿਸੇ ਨੇ ਕਾਰਵਾਈ ਨਹੀਂ ਕੀਤੀ ਹੈਗੀ। ਕੀ ਨਾਮ ਹੈ ਜੀ ਬੇਟੇ ਦਾ? ਬੇਟੇ ਦਾ ਪਹਿਲਾਂ ਮੇਰਾ ਤਰਨਜੀਤ ਬੇਟਾ, ਇਹਨਾਂ ਨੇ ਬਾਂਹ ਤੋੜੀ ਉਹਦੀ, ਜਦ ਇਹਨਾਂ ਨੇ ਕੁੱਟੇ, ਇਹਨਾਂ ਨੇ ਫਿਰ ਆਪਣੀਆਂ ਵੀਡੀਓ ਚੜਾ ਚੜਾ ਕੇ ਇਹਨਾਂ ਤੋਂ 307 ਦਾ ਪਰਚਾ ਪਾਇਆ, ਇਹ ਦੇਖ ਲਓ ਹੁਣ ਤੁਸੀਂ, ਹੁਣ ਆਹ ਕੁੱਟਿਆ, ਵਾਲ ਕਟਾਉਂਦਾ ਪਿਆ ਸੀ ਮੱਦੀ ਨਾਈ ਦੇ, ਸਾਰਾ ਬਾਜ਼ਾਰ ਗਵਾਹ ਹੈ। ਲੜਾਈ ਕਿਉਂ ਹੋਈ ਆ, ਕਾਰਨ ਕੀ ਹੈ? ਕੋਈ ਕਾਰਨ ਨਹੀਂ ਹੈਗਾ, ਪਹਿਲਾਂ ਹੀ ਇਹਨਾਂ ਦੀ ਹੋਈ ਪਈ ਸੀ, ਮੇਰਾ ਬੇਟਾ, ਉਹਨਾਂ ਨੇ ਪਹਿਲਾਂ ਆਪਣੀ ਬਾਂਹ ਬੂਹ ਤੋੜੀ ਸੀਗੀ, ਇਹਨਾਂ ਨੇ ਫਿਰ ਉਹ ਕੁੱਟਿਆ ਸੀ। ਕੋਈ ਰੰਜਿਸ਼ ਹੋਵੇ ਪਹਿਲਾਂ ਦੀ? ਪਹਿਲਾਂ ਇਹਨਾਂ ਨੇ ਮੇਰੇ ਬੇਟੇ ਦੀ ਬਾਂਹ ਤੋੜੀ ਸੀਗੀ, ਹੋਰ ਕੋਈ ਸਾਡੀ ਉਹ ਨਹੀਂ ਹੈਗੀ। ਅੱਛਾ। ਬੰਦੇ ਕੌਣ ਨੇ ਜੀ ਉਹ? ਇਹ ਉਹਦਾ ਓਮੀ ਦਾ ਜੀ ਮੁੰਡਾ ਨਾਲ, ਬਿਪਨ ਬੁਪਨ, ਦੋਜੀ ਦਾ, ਤੇ ਉਹਦੇ ਨਾਲ ਕੋਈ ਗੁੱਲੂ ਮੁੰਡਾ, ਉਹ ਹੈ ਕਿ 8 ਜਣੇ ਸੀ, ਪਤਾ ਨਹੀਂ ਇੰਨੇ ਜਣੇ ਦੱਸ ਰਹੇ ਆ, ਬਾਜ਼ਾਰ ਵਾਲਿਆਂ ਨੇ ਦੱਸਿਆ ਸਾਨੂੰ, ਤਾਂ ਅਸੀਂ ਤਾਂ ਧਰਮਸ਼ਾਲਾ 'ਚ ਗਏ ਹੋਏ ਸੀਗੇ। ਠੀਕ ਹੈ ਜੀ। ਅਤੇ ਹੁਣ ਕੀ ਫੈਕਚਰ ਆਇਆ? ਪਤਾ ਨਹੀਂ, ਹੁਣ ਕੱਲ੍ਹ ਨੂੰ ਪਤਾ ਲੱਗੇਗਾ, ਬਾਹਾਂ ਦੋਏ ਕੰਮ ਨਹੀਂ ਕਰ ਰਹੀਆਂ, ਬੜੇ ਦੀ ਮਸਾਂ ਬਾਂਹ ਸਿੱਧੀ ਹੋਈ ਆ, 6 ਮਹੀਨੇ ਬਾਅਦ ਹੁਣ ਕੰਮ 'ਤੇ ਗਿਆ ਉਹ। ਹਾਂਜੀ। ਤੁਸੀਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਇਹੀ ਮੰਗ ਕਰਕੇ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਇੰਨੀ ਬਦਮਾਸ਼ੀ ਚੰਗੀ ਹੁੰਦੀ ਆ, ਹੋਰ ਸਰਕਾਰ ਤੋਂ ਕੀ ਮੰਗ ਕਰਨੀ ਆ? ਸਰਕਾਰ ਨੇ ਪਹਿਲਾਂ ਸਾਡੀ ਤਾਂ ਸੁਣੀ ਨਹੀਂ, ਪਹਿਲਾਂ ਵੀ ਐਡੇ ਐਡੇ ਪਰਚੇ ਪਾ ਤੇ ਮੁੰਡੇ ਦੇ ਸੱਟ ਵੀ ਨਹੀਂ ਲੱਗੀ ਸੀ ਮੇਰਾ, 6 ਮਹੀਨੇ ਬੈਠਾ ਰਿਹਾ, ਸਾਡੀ ਸੁਣੀ ਨਹੀਂ ਕਿਸੇ ਨੇ। ਪਹਿਲਾਂ ਕਿਉਂ 307 ਦਾ ਪਰਚਾ ਹੋਇਆ ਸੀਗਾ ਲੜਾਈ? ਪਹਿਲਾਂ ਜਦੋਂ ਉਹਨਾਂ ਨੇ ਬਾਂਹ ਤੋੜੀ ਸੀ, ਫਿਰ ਇਹਨਾਂ ਨੇ ਉਹਨਾਂ ਦਾ ਮੁੰਡਾ ਕੁੱਟਿਆ ਸੀ, ਬਿਪਨ ਬਿਪਨ। ਤੇ ਤੁਹਾਨੂੰ ਲੱਗਦਾ ਕਿ ਜਿਹੜੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਸ਼ਹਿਤ ਹੈ? ਹਾਂਜੀ ਹਾਂਜੀ, ਮੈਂ ਕਹਿ ਰਹੀ ਹਾਂ ਉਹਨਾਂ ਦੇ ਸਿਰ 'ਤੇ ਚੜ੍ਹ ਕੇ ਤਾਂ ਨੱਚਦੇ ਨੇ, ਸਾਡੀ ਤਾਂ MSC ਤੱਕ ਨਹੀਂ ਮਦਦ ਕਰੀ ਕਿਸੇ ਨੇ, ਸਾਡੀ ਤਾਂ ਕਿਸੇ ਨੇ ਨਹੀਂ ਕਰੀ ਹੈਗੀ, ਆਪਾਂ ਤਾਂ ਉਹ ਕਰਦੇ ਹਾਂ ਬਸ, ਸਾਨੂੰ ਤਾਂ ਹੁਣ ਵੀ ਕਿਸੇ ਦੀ ਆਸ ਨਹੀਂ ਹੈਗੀ।